लगाने से पत्थर तो लगती है छुरी आपे तेज हो जाती है जब बीरती हड्ड बीरती आपे अगल आ जाती है पत्थर तो लाने ना शुरू नू छुरी आपे तेज हो जाती है इन अकल ज्यादा आती है जब हड्ड बीतती है जब पुछते नहीं हैं मन के कामना आवई अंत अवसर वार जड़ी तू बाहर थैलियां सची जाना दूइया माया दिया इहदा मन दे कम नहीं आउणिया अखीर दे टाइम ते तेरे माया दे कम आउणी जड़ी थैली सचनी थी इकट्ठी करनी थी वह करी नहीं ज्ञान गौण भरनी सी ज्ञान गौण भर डारी कबीर कहिंदा ज्ञान दी गौण भरनी सी ਉਹ ਹਿਰਦਾ ਹੀ ਗੌਣ ਸੀ ਬਾਹ ਇਹਦਾ ਬਾਹਰ ਹੈ ਤੁਹਾਨੂੰ ਪਿਆ ਤਨ ਉਹ ਤੇਰੇ ਨਾਲ ਜਾਊ ਜਿਹੜਾ ਤੇਰੇ ਅੰਦਰ ਹੈ ਉਹ ਉਹ ਗਿਆਨ ਤਨ ਹੁੰਦਾ ਨਾਮ ਤਨ ਹੁੰਦਾ ਹੋਰ ਨਹੀਂ ਕੁਛ ਇਹ ਨਾਲ ਹੋਊ ਹਰ ਵਕਤ ਗਿਆਨ ਤਾਂ ਹਰ ਵਕਤ ਦੇ ਨਾਲ ਚਾਹੇ ਕੋਈ ਡਾਕਟਰ ਹੈ ਚਾਹੇ ਕੋਈ ਵਕੀਲ ਹੈ ਜਿੱਥੇ ਜਾਊ ਉੱਥੇ ਹੀ ਰੋਟੀ ਖਾ ਲੂ ਉਹ ਗਿਆਨ ਨਾਲ ਚੱਲ ਬਾਹਰਲਾ ਵੀ ਹੈ ਚਾਹੇ ਹੈ ਤਾਂ ਉਹਦੇ ਨਾਲ ਥਿਤ ਪਾਵੋ ਗੋਬਿੰਦ ਭਜੋ ਸੰਤਹਿ ਕੀ ਸਿੱਖ ਲੇਹ ਜੇ ਥਿਤ ਪਾਉਣੀ ਹੈ ਤੁਸੀਂ ਨਾ ਮਨ ਨੂੰ ਟਕਾ ਤਾਂ ਆਊਗਾ ਇਹ ਧਨ ਜਿੰਨਾ ਮਰਜ਼ੀ ਇਕੱਠਾ ਕਰ ਲਓ ਇਹਦੇ ਨਾਲ ਟਕਾ ਨਹੀਂ ਆਉਣਾ ਮਨ ਨੇ ਟਿਕਣਾ ਨਹੀਂ ਸੰਤੁਸ਼ਟ ਨਹੀਂ ਹੋਣਾ ਹੈਗਾ ਵੀ ਹੁਣ ਬਥੇਰਾ ਹੋ ਗਿਆ ਚੁੱਪ ਕਰ ਜਾਈਏ ਇੱਦਾਂ ਨਹੀਂ ਹੋਣਾ ਥਿਤ ਪਾਵੋ ਇਹ ਚਾਹੁੰਦੇ ਹੋ ਨਾ ਮਨ ਟਿਕ ਜਾਵੇ ਗੋਬਿੰਦ ਭਜੋ ਫਿਰ ਗੋਬਿੰਦ ਨਾਲ ਜੁੜ ਜਾਓ ਅੰਦਰਲੇ ਨਾਲ ਜੁੜ ਜਾਓ ਅੰਦਰਲਾ ਟਿਕਿਆ ਹੋਇਆ ਸੰਤਾਂ ਹੈ ਆਪਣੇ ਮੂਲ ਨਾਲ ਜੁੜ ਜਾਓ ਸੰਤਾਂ ਹੈ ਕੀ ਸਿੱਖ ਲਏ ਸੰਤਾਂ ਦੀ ਇਹੀ ਸਿੱਖਿਆ ਸੰਤਾਂ ਦੀ ਸਿੱਖਿਆ ਇਹੀ ਅਸਲੀ ਸੰਤਾਂ ਦੀ ਇਹ ਸਿੱਖਿਆ ਪ੍ਰੀਤ ਕਰੋ ਸਦ ਏਕ ਸਿਉ ਇਹ ਸਾਚਾ ਅਸਨੇਹ ਪ੍ਰੀਤ ਕਰੇ ਕਰੋ ਸਦ ਏਕ ਸਿਉ ਇੱਕ ਨਾਲ ਪ੍ਰੀਤ ਕਰੋ ਇੱਕ ਦਾ ਮਤਲਬ ਕੀ ਹੈ ਇੱਕ ਦਾ ਮਤਲਬ ਹੁੰਦਾ ਹੈ ਫਸਟ ਵਨ ਆਤਮਾ ਪਹਿਲੇ ਨੰਬਰ 'ਤੇ ਅੱਬਲ ਅੱਲੋ ਨੂਰ ਨਾਲ ਪ੍ਰੀਤ ਕਰੋ ਮਾਇਆ ਨਾਲ ਨਾ ਕਰੋ ਜੋ ਅੱਖਾਂ ਨੂੰ ਦੀਂਦਾ ਇਹਦੇ ਨਾਲ ਨਾ ਪ੍ਰੀਤ ਕਰੋ ਜੋ ਨਹੀਂ ਦੀਂਦਾ ਉਹਨੂੰ ਖੋਜ ਕੇ ਉਹਦੇ ਨਾਲ ਪ੍ਰੀਤ ਕਰੋ ਜੇ ਆਤਮਾ ਨਾਲ ਪ੍ਰੀਤ ਕਰੋਗੇ ਫਿਰ ਆਪਣਾ ਪਰਾਇਆ ਨਹੀਂ ਰਹਿੰਦਾ ਜੇ ਆਤਮਾ ਨਾਲ ਪ੍ਰੀਤ ਨਹੀਂ ਕਰੋਗੇ ਉੱਥੇ ਆਪਣਾ ਪਰਾਇਆ ਜੋ ਅੱਖਾਂ ਨਾਲ ਦੀਂਦਾ ਜੇ ਉਹਦੇ ਨਾਲ ਪ੍ਰੀਤ ਕਰੋਗੇ ਫਿਰ ਆਪਣਾ ਪਰਾਇਆ ਫਿਰ ਬੈਰੀ ਬਗਾਨਾ ਦਿਸੂਗਾ ਜੇ ਆਤਮਾ ਨਾਲ ਪ੍ਰੀਤ ਕਰੋਗੇ ਅੱਖਾਂ ਨੂੰ ਛੱਡ ਦੋਗੇ ਮਾਇਆ ਦੇਖਣੀ ਛੱਡ ਦੋਗੇ ਇਹ ਨੇਤਰੋਂ ਮੇਰੇ ਹਰ ਤੋਂ ਮੈਂ ਜੋ ਤਰੀ ਹਰ ਬਿਨ ਅਵਰ ਨੂੰ ਦੇਖੋ ਨੇਤਰੋਂ ਅੱਖਾਂ ਬਹਾਲੀਆਂ ਨੂੰ ਨਹੀਂ ਕਿਹਾ ਅੰਦਰਲਿਆਂ ਨੂੰ ਕਿਹਾ ਅੱਖਾਂ ਦਾ ਹੀ ਦੇਖ ਹੈ ਨਾ ਤੂੰ ਅੱਖਾਂ ਦਾ ਹੀ ਦੇਖੇਗਾ ਸੰਸਾਰ ਮਾਇਆ ਰੂਪ ਲੱਗੂਗਾ ਮਾਇਆ ਨਹੀਂ ਦੇਖਣੀ ਹੁਣ ਮਾਇਆ ਦੇ ਵਿੱਚ ਹਰ ਹੈ ਇਹ ਦੇਖ ਇਹ ਜਾਤ ਵਿੱਚ ਜੋਤ ਹੈ ਦੇਖ ਤੂੰ ਜੇ ਉਲਟ ਕੰਮ ਕਰਦੀ ਹੈ ਤਾਂ ਦੇਖ ਵੀ ਕੀ ਕਰਨ ਆਇਆ ਸੀ ਕੀ ਕਰਦਾ ਇਹ ਕੀ ਕਰਨ ਆਇਆ ਸੀ ਕੀ ਕਰਦਾ ਮਾੜੇ ਕਰਮ ਜੇ ਤੇਰਾ ਵੀ ਬੁਰਾ ਸੋਚਦਾ ਤੂੰ ਕਹਿ ਮਾੜੇ ਕਰਮ ਨੇ ਇਹਦੇ ਸੋਚੇ ਤੇ ਕਿਹੜਾ ਮੇਰਾ ਬੁਰਾ ਹੋ ਜਾਣਾ ਇਹਦੇ ਸੋਚੇ ਤੇ ਮੇਰਾ ਬੁਰਾ ਨਹੀਂ ਹੋਣਾ ਇਹ ਪਾਗਲ ਹੈ ਆਪਣਾ ਬੁਰਾ ਕਰ ਰਿਹਾ ਮੇਰਾ ਤਾਂ ਹੋਣਾ ਨਹੀਂ ਜੇ ਅਸੀਂ ਕਿਸੇ ਦਾ ਬੁਰਾ ਸੋਚਦੇ ਹਾਂ ਸਾਡੇ ਘਰੇ ਤਾਂ ਬੁਰਾ ਹੋਣਾ ਨਹੀਂ ਸੋਚੇ ਤਾਂ ਬੁਰਾ ਨਹੀਂ ਹੋਣਾ ਘਰੇ ਤਾਂ ਵੀ ਨਹੀਂ ਹੋਣਾ ਫਿਰ ਉਹ ਸੋਚਣਾ ਕਰਨਾ ਬੇਵਕੂਫੀ ਦਾ ਸੁਭਾਅ ਹੈ ਕੀ ਹੁਣ ਉਹਨੂੰ ਤਾਂ ਸਮਝ ਹੈ ਵੀ ਕੁਛ ਨਹੀਂ ਵਿਗਾੜ ਸਕਦੇ ਦਸਮ ਪਾਤਸ਼ਾਹ ਕਹਿ ਰਹੇ ਨੇ ਔਰੰਗਜ਼ੇਬ ਨੂੰ ਤੇਰੀਆਂ ਫੌਜਾਂ ਮੇਰਾ ਕੀ ਵਿਗਾੜ ਸਕਦੀਆਂ ਸੀ ਮੇਰੇ ਨਾਲ ਉਹ ਸੀ ਜਿਹਨੇ ਸਾਰੀ ਜਿਹਦੀ ਤਾਕਤ ਨਾਲ ਤੇਰੀਆਂ ਫੌਜਾਂ ਤੁਰਦੀਆਂ ਨੇ ਸਾਰੀ ਸ੍ਰਿਸ਼ਟੀ ਤੁਰਦੀ ਮੇਰੇ ਨਾਲ ਤਾਂ ਉਹ ਖੜਾ ਸੀ ਮੈਨੂੰ ਕੀ ਡਰ ਸੀ ਤੇਰੀਆਂ ਫੌਜਾਂ ਦਾ ਜਿੰਨਾ ਚਿਰ ਮੇਰੇ ਨਾਲ ਉਹ ਹੈ ਤੂੰ ਕੁਛ ਨਹੀਂ ਵਿਗਾੜ ਸਕਦਾ ਨਾ ਤੇਰੀਆਂ ਫੌਜਾਂ ਤੈਨੂੰ ਭੁਲੇਖਾ ਤੂੰ ਹੁਣ ਆ ਜਾ ਜੇ ਤੈਨੂੰ ਇਹ ਭੁਲੇਖਾ ਨਾ ਤੂੰ ਹੁਣ ਆ ਜਾ ਚਾਹੇ ਜਿੰਨਾ ਚਿਰ ਮੇਰੇ ਨਾਲ ਉਹ ਹੈ ਮੇਰਾ ਕੁਛ ਨਹੀਂ ਵਿਗੜੂ ਇਹੀ ਮੁਸਲਮਾਨ ਕਹਿੰਦੇ ਨੇ ਇਹੀ ਇਸਲਾਮ ਕਹਿੰਦਾ ਉਹ ਸਾਰੀ ਜਿਹੜੀ ਗੱਲ ਲਿਖੀ ਆ ਉਹਦਾ ਰੰਗ ਦੇ ਤਾਂ ਘਾਇਲ ਹੋ ਗਿਆ ਵੀ ਇਹ ਤਾਂ ਇਸਲਾਮ ਦੀ ਗੱਲ ਕਹਿ ਰਿਹਾ ਸਾਰੀ ਇਹਨੂੰ ਤਾਂ ਇਸਲਾਮ 'ਤੇ ਇੰਨਾ ਭਰੋਸਾ ਸਾਨੂੰ ਨਹੀਂ ਮੈਨੂੰ ਨਹੀਂ ਹੈ ਭਰੋਸਾ
ਇੱਡਾ ਪੱਕਾ ਜਿਹੜੇ ਆਦਮੀ ਨੂੰ ਭਰੋਸਾ ਇਸਲਾਮ ਤੇ ਉਹੀ ਗੱਲ ਉਹ ਕਹਿ ਰਿਹਾ ਉਹੀ ਇਸਲਾਮ ਕਹਿ ਰਿਹਾ ਇਹ ਤਾਂ ਬਹੁਤ ਉੱਚਾ ਨਬੀ ਹੈ ਕੋਈ ਮੈਂ ਵੀ ਚੰਗਾ ਲੜਦਾ ਮੈਨੂੰ ਭਰੋਸਾ ਨਹੀਂ ਰਹਿੰਦਾ ਨਾਲੇ ਮੈਂ ਮਾੜਾ ਫਿਰਦਾ ਮੈਂ ਆਪਣੇ ਆਪ ਨੂੰ ਬਹੁਤ ਵੱਡਾ ਸਮਝਦਾ ਇਹਦਾ ਭਰੋਸਾ ਵਾਕਈ ਇਹਨੂੰ ਅੱਲਾ ਇਹਦੇ ਨਾਲ ਖੜਾ ਡਰ ਗਿਆ ਉਹਨੇ ਮੰਨ ਲਿਆ ਵੀ ਇਹਦੇ ਨਾਲ ਅੱਲਾ ਖੜਾ ਕਹਿੰਦਾ ਮੈਂ ਜਾਊਂਗਾ ਨੰਗੇ ਪੈਰੀ ਜਿਵੇਂ ਉਹ ਕਹਿੰਦੇ ਮੈਨੂੰ ਮਾਰ ਦੇਵੇ ਪਿਆ ਮਾਰ ਦੇਵੇ ਮੇਰੇ ਬੁੱਢੇ ਹੈਗੇ ਰਾਜ ਸਾਹਮਣੇ ਪਰ ਮੈਂ ਸਾਬਤ ਕਰਨਾ ਵੀ ਮੈਂ ਸੱਚਾ ਸੀ ਮੇਰੇ ਅੰਦਰ ਪਾਪ ਨਹੀਂ ਸੀ ਜਿਹੜੀ ਕੁਰਾਨ ਦੀ ਕਸਮ ਮੈਂ ਖਾਧੀ ਸੀ ਉਹ ਠੀਕ ਸੀ ਮੈਂ ਨਹੀਂ ਸੀ ਚਾਹੁੰਦਾ ਤੈਨੂੰ ਬਾਹਰ ਕੱਢ ਕੇ ਤੇਰੇ ਹਮਲਾ ਕਰ ਜਦੋਂ ਇਹ ਫੈਸਲੇ ਦਾ ਪਤਾ ਲੱਗਿਆ ਉਹਨਾਂ ਨੂੰ ਦੂਜਿਆਂ ਨੂੰ ਜਿਹਨਾਂ ਨੇ ਹਮਲਾ ਕਾਜ਼ੀਆਂ ਦੇ ਥਰੂ ਉਹਨਾਂ ਨੇ ਕਿਹਾ ਵੀ ਇਹਨੂੰ ਕਹੋ ਵੀ ਇਸਲਾਮ ਦੇ ਖਿਲਾਫ ਹੈ ਗੱਲ ਜੇ ਤੂੰ ਜਾਏਗਾ ਕਿਸੇ ਹੋਰ ਪੀਰ ਨੂੰ ਮੰਨੇਗਾ ਨਾ ਪੀਰ ਮੰਨ ਕੇ ਜਾਏਗਾ ਨਾ ਨੰਗੇ ਪੈਰੀ ਬਿਨਾਂ ਹਥਿਆਰ ਤੇ ਜੇ ਉਹਦੇ ਹੁਕਮ ਦੇ ਵਿੱਚ ਅੱਲਾ ਦਾ ਹੁਕਮ ਛੱਡ ਕੇ ਉਹਦੇ ਹੁਕਮ ਨੂੰ ਮੰਨੇਗਾ ਕਿਸੇ ਦੂਸਰੇ ਧਰਮ ਦੇ ਗੁਰੂ ਨੂੰ ਮੰਨੇਗਾ ਤਾਂ ਤੂੰ ਮੁਸਲਮਾਨ ਨਹੀਂ ਰਹਿਣਾ ਉਹ ਤੋਂ ਫਿਰ ਡਰ ਗਿਆ ਜੇ ਕਹਿੰਦਾ ਮੈਂ ਮੁਸਲਮਾਨ ਰਹਾ ਨਾ ਰਹਾ ਤੁਸੀਂ ਖੁਦ ਨਹੀਂ ਮੁਸਲਮਾਨ ਕੱਚਾ ਸੀ ਨਾ ਫਿਰ ਉਹਨੇ ਫਰਮਾਨ ਜਾਰੀ ਕਰਿਆ ਵੀ ਇਹਨਾਂ ਨੂੰ ਜਿੱਥੇ ਮਰਜ਼ੀ ਹਿੰਦੁਸਤਾਨ ਰਹਿਣ ਜੇ ਅੱਖ ਭਰ ਕੇ ਕੋਈ ਚੱਕ ਕੇ ਦੇਖ ਲਿਆ ਫਿਰ ਇਹਨਾਂ ਨੂੰ ਸੱਦਿਆ ਵੀ ਤੁਸੀਂ ਅੱਜ ਮੈਨੂੰ ਮਿਲੋ ਦਸਮ ਪਾਤਸ਼ਾਹ ਨੂੰ ਸੱਦਿਆ ਨਾ ਮੈਨੂੰ ਮਿਲਣ ਆਓ ਇਹ ਮਿਲਣ ਚੱਲੇ ਸੀ ਰਾਹ ਦੇ ਵਿੱਚ ਐਕਸਪਾਇਰ ਹੋ ਗਏ ਕਹਿਣ ਤੋਂ ਮਤਲਬ ਹੈ ਨਾਲ ਹੈ ਜਿੰਨਾ ਚਿਰ ਹੋ